ਪੰਜਾਬ ਪੁਲਿਸ ਦੇ ਨਵੇਂ ਬਣੇ ਮੁਖੀ DGP ਦਿਨਕਰ ਗੁਪਤਾ ਨੇ ਨਸ਼ਿਆਂ ਦੇ ਸੰਬੰਧੀ ਅੱਜ ਵੱਡਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਤੋੜੀ ਹੈ। ਗੁਪਤਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ 124 ਥਾਣਿਆਂ ਦੇ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ 'ਚ ਨਸ਼ੇ ਦੀ ਸਮੱਸਿਆ ਹੈ ਅਤੇ ਪੁਲਿਸ ਹੁਣ ਇਹਨਾਂ 'ਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕਰੇਗੀ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ DGP ਦਿਨਕਰ ਗੁਪਤਾ ਕਈ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ। ਇਸੇ ਦੇ ਤਹਿਤ ਅੱਜ ਉਹਨਾਂ ਨੇ ਫਿਰੋਜ਼ਪੁਰ, ਫਾਜ਼ਿਲਕਾ ਦੇ ਪੁਲਿਸ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਹੈ। ਸਾਡੀ ਮੀਟਿੰਗ ਦਾ ਏਜੰਡਾ ਇਹ ਸੀਗਾ ਲਾਅ ਐਂਡ ਆਰਡਰ, ਔਰ ਉਹਦੇ ਬਾਅਦ ਜੋ ਸਾਡੀਆਂ ਪ੍ਰਾਇਓਰਿਟੀਜ਼ ਹੈ ਇਲੈਕਸ਼ਨਸ ਦੀ ਸੇਫ ਐਂਡ ਸਮੂਥ ਕੰਡਕਟ ਆਫ ਇਲੈਕਸ਼ਨਸ, ਉਹਦੇ ਬਾਅਦ ਡਰੱਗਸ, ADG STF ਵੀ ਇੱਥੇ ਹੈਗੇ ਹੈ, ਸੋ IG STF, AIG STF, ਸੋ ਡਰੱਗ ਕੰਟਰੋਲ ਬਾਰਡਰ ਡਿਸਟ੍ਰਿਕਟ ਹੈ ਫਿਰੋਜ਼ਪੁਰ, ਸੋ ਦੈਟਸ ਆਲਸੋ ਆ ਪ੍ਰਾਇਓਰਟੀ ਏਰੀਆ। ਬਾਕੀ ਸੇਫ ਐਂਡ ਸਮੂਥ ਕੰਡਕਟ ਆਫ ਇਲੈਕਸ਼ਨਸ, ਪ੍ਰੀਵੈਂਸ਼ਨ ਆਫ ਟੈਰਰਿਸਟ ਕ੍ਰਾਈਮ, ਦੂਸਰਾ ਪੁਲਿਸ ਵਰਕਿੰਗ ਐਂਡ ਆਲ ਦੈਟ। ਜਿਹੜੀ ਦੇਖੋ ਇਵੇਂ ਹੈ ਕਿ ਇੱਕ ਡਰੱਗ ਇਸ਼ੂ ਪੰਜਾਬ ਵਿੱਚ ਹੋਇਆ ਸੀ ਜਿਸ ਕਰਕੇ ਇਮਰਜ ਹੋਇਆ ਸੀਗਾ, ਆਪਾਂ ਇੱਕ ਬਾਰਡਰ ਸਟੇਟ ਹੈਗਾ, ਸੋ ਪਿਛਲੇ 5-7 ਸਾਲ ਦੇ ਵਿੱਚ ਜਿਹੜੀ ਉਹ ਚੀਜ਼ ਪ੍ਰੋਬਲਮ ਕ੍ਰੀਏਟ ਹੋਈ ਸੀ ਉਹਦੇ ਬਾਰੇ ਕਾਫੀ ਸਰਕਾਰ ਨੇ ਕੰਮ ਕੀਤਾ। STF ਵੀ ਬਣਾਈ ਗਈ ਸੀ, ਉਹਦੇ ਉਹਨਾਂ ਨੇ 3-prong ਸਟ੍ਰੈਟਜੀ ਦੇ ਤਹਿਤ ਕੰਮ ਕੀਤਾ ਹੈ। ਉਹਦੇ ਵਿੱਚ ਸਪਲਾਈ ਰਿਡਕਸ਼ਨ ਜਿਹੜਾ ਹੈ, ਇਨਫੋਰਸਮੈਂਟ ਦਾ ਕੰਮ ਜੋ ਪੁਲਿਸ ਦੇ ਜ਼ਿੰਮੇ ਹੈ ਖਾਸ ਤੌਰ 'ਤੇ, ਉਸ 'ਤੇ ਕਾਫੀ ਕੰਮ ਕੀਤਾ, ਸਪਲਾਈ ਰਿਡਕਸ਼ਨ ਹੋਈ ਹੈ। ਮਤਲਬ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਕੋਈ ਇਹਦੇ 'ਚ ਅਸਰ ਨਹੀਂ ਪਿਆ, ਕਾਫੀ ਡੈਂਟ ਪਿਆ। ਮਤਲਬ ਚਾਹੇ ਸਾਰੇ ਵਰਗ ਦੇ ਲੋਕ ਇਹ ਕਹਿ ਰਹੇ ਹੈ ਕਿ ਉਹਦੇ 'ਤੇ ਕੰਮ ਹੋਇਆ, ਰਿਜ਼ਲਟਸ ਵੀ ਚੰਗੇ ਆਏ ਹੈਗੇ। ਬਾਕੀ ਇਹ ਕੰਟੀਨਿਊਸ ਜਿਹੜੇ ਪ੍ਰੋਸੈਸ ਹੈਗੀ ਹੈ, ਅਸੀਂ ਕੁਛ ਸਟ੍ਰੈਟਜੀ ਰੀਓਰੀਐਂਟ ਕਰ ਰਹੇ ਹਾਂ, ਕੁਛ ਫਾਈਨ ਟਿਊਨ ਕਰ ਰਹੇ ਹਾਂ, ਜੋ ਕੁਛ ਪਿਛਲੇ 2 ਸਾਲਾਂ 'ਚ ਹੋਇਆ ਉਹਨਾਂ ਤੋਂ ਅਸੀਂ ਸਿੱਖਿਆ। ਅਸੀਂ ਕਰੀਬ 100 DG STF ਵੀ ਇੱਥੇ ਹੈ, 124 ਅਸੀਂ ਪੁਲਿਸ ਸਟੇਸ਼ਨ ਆਈਡੈਂਟੀਫਾਈ ਕੀਤੇ ਹੈ ਜਿਹੜੇ ਕੁਛ ਬਾਰਡਰ ਦੇ ਹੈਗੇ ਹੈ, ਜਿਹੜੇ ਜ਼ਿਆਦਾ ਅਫੈਕਟਿਡ ਹੈ ਇਹ ਡਰੱਗ ਉਸ ਤੋਂ, ਜਾਂ ਤਾਂ ਉੱਥੇ ਜ਼ਿਆਦਾ ਡਰੱਗ ਦੇ ਪਰਚੇ ਰਜਿਸਟਰਡ ਹੈਗੇ ਹੈ, ਜਾਂ ਉੱਥੇ ਡਰੱਗ ਦਾ ਜ਼ਿਆਦਾ ਇਸ਼ੂ ਹੈ। ਸੋ ਅਸੀਂ ਹੁਣ ਉਹਨਾਂ ਦੇ ਅਸੀਂ SHOs ਕਰੀਬ 9 ਥਾਣੇ ਫਿਰੋਜ਼ਪੁਰ ਦੇ ਹੈਗੇ ਹੈ, 4 ਥਾਣੇ ਫਾਜ਼ਿਲਕਾ ਦੇ ਹੈਗੇ ਹੈ, ਉਹ 124 ਜਿਹੜੇ ਸਟੇਟ ਵਾਈਡ ਹੈਗੇ ਹੈ। ਸੋ ਅਸੀਂ ਉਸ ਪੁਲਿਸ ਸਟੇਸ਼ਨਸ 'ਤੇ ਵੀ ਫੋਕਸ ਕਰਾਂਗੇ, ਅਤੇ ਪੁਲਿਸ ਸਟੇਸ਼ਨ 'ਤੇ ਫੋਕਸ ਕਰਾਂਗੇ, ਉਹਨਾਂ ਦੇ SHOs ਦੀ ਜਵਾਬਦੇਹੀ ਹੋਏਗੀ, ਉਹਨਾਂ ਦੇ ਜਿਹੜੇ ਸਾਡੇ DSPs ਹੈਗੇ ਹੈ ਸਬ ਡਿਵੀਜ਼ਨ ਦੇ, ਉਹਨਾਂ ਦੀ ਵੀ ਵੀਲ ਮੇਕ ਦੈਮ ਅਕਾਊਂਟੇਬਲ, ਕਿ ਉਹਨਾਂ ਨੂੰ ਦੇਖਾਂਗੇ ਕਿ ਤੁਹਾਡੀ ਕੀ ਰਿਜ਼ਲਟਸ ਤੁਸੀਂ ਪ੍ਰੋਡਿਊਸ ਕੀਤੇ ਹੈ ਡਰੱਗ ਫਰੰਟ ਦੇ ਉੱਤੇ। ਸੋ ਵੀ ਵਿਲ ਫੋਕਸ ਔਨ ਆਲ ਦੈਟ। ਛੋਟੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਮਨੋਬਲ ਡਿੱਗਾ ਹੈ ਕਿਤੇ ਨਾ ਕਿਤੇ? ਨਹੀਂ, ਮੈਨੂੰ ਤਾਂ ਇਹੋ ਜਿਹਾ ਨਹੀਂ ਲੱਗਿਆ ਯਾਰ ਕਿ ਮਨੋਬਲ, ਪਰ ਦੇਖੋ ਪੰਜਾਬ ਪੁਲਿਸ ਇੱਕ ਇਹੋ ਜਿਹੀ ਫੋਰਸ ਹੈ ਜਿਹੜੀ ਮਨੋਬਲ ਉਹਨਾਂ ਦਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੀ ਹੈ, ਅਤੇ ਮਨੋਬਲ ਉਹਨਾਂ ਦਾ ਹਾਈ ਰਹਿੰਦਾ। ਜੇ ਕਦੇ ਕੋਈ ਇਸ਼ੂ, ਕੋਈ ਇਹੋ ਜਿਹਾ ਮਤਲਬ ਨੋਟਿਸ ਆਏਗਾ, ਸੋ ਇਹੋ ਜਿਹਾ ਕੋਈ ਪ੍ਰੋਬਲਮ। ਅੱਜ ਜਿਹੜੀ ਤੁਹਾਡਾ ਏਜੰਡਾ ਸੀ ਮੀਟਿੰਗ ਦਾ ਵੀ, ਮਤਲਬ ਤੁਸੀਂ ਮਤਲਬ ਮੀਟਿੰਗ ਵੀ ਕੀਤੀ, ਉਹਦੇ ਦੌਰਾਨ 'ਚ ਲੱਗਿਆ ਕੁਛ ਮਤਲਬ ਕਿ ਜਿਹੜੇ ਪੁਲਿਸ ਫੋਰਸ ਜਾਂ ਅਫਸਰ ਤੈਨਾਤ ਹੈਗੇ ਆ ਉਹਨਾਂ ਨੂੰ ਕੋਈ ਚੇਂਜਿੰਗਸ ਦੀ ਲੋੜ ਹੈ, ਜਾਂ ਮਤਲਬ ਕਿ ਵਾਕਈ ਮਤਲਬ ਉਹ ਠੀਕ ਹੈ ਵੀ ਚੁਣਾਵਾਂ ਨੂੰ ਮਤਲਬ ਫਿਰ ਫਿਰ? ਪੰਜਾਬ ਪੁਲਿਸ ਇੱਕ ਬੜੀ ਦਲੇਰ ਫੋਰਸ ਹੈ, ਬਹੁਤ ਚੰਗੀ ਫੋਰਸ ਹੈ। ਇਹ ਪੰਜਾਬ ਪੁਲਿਸ ਇੱਕ ਇਹੋ ਜਿਹੀ ਫੋਰਸ ਹੈ ਜਿਨ੍ਹਾਂ ਨੇ ਮਤਲਬ ਬਹੁਤ ਸ਼ਹਾਦਤਾਂ, 1800 ਸ਼ਹਾਦਤਾਂ ਪੰਜਾਬ ਪੁਲਿਸ ਨੇ ਦਿੱਤੀਆਂ, ਟੈਰਰਿਜ਼ਮ ਦੇ ਵੇਲੇ ਵੀ ਦਿੱਤੀਆਂ ਹੈਗੀਆਂ, ਅਤੇ
ਸੋ ਇੱਕ ਬਹੁਤ ਦਲੇਰ ਫੋਰਸ ਹੈਗੀ ਹੈ, ਸਾਨੂੰ ਉਸ ਤੋਂ ਕੋਈ ਸਾਨੂੰ ਉਸ 'ਤੇ ਫਖਰ ਹੈ, ਪੰਜਾਬ ਪੁਲਿਸ 'ਤੇ, ਪੰਜਾਬ ਪੁਲਿਸ ਦੇ ਅਫਸਰਾਂ 'ਤੇ। ਬਾਕੀ ਕੰਟੀਨਿਊਸ ਇੰਪਰੂਵਮੈਂਟ ਹੈਗੀ ਹੈ, ਅਸੀਂ ਕੋਸ਼ਿਸ਼ ਇਹੀ ਕਰ ਰਹੇ ਹੈਗੇ ਹਾਂ ਕਿ ਵੀ ਕੀਪ ਟ੍ਰੇਨਿੰਗ ਵੀ ਕਰੀਏ, ਉਹਨਾਂ ਨਵੇਂ ਨਵੇਂ ਸਟ੍ਰੈਟਜੀਜ਼ ਲੈ ਕੇ ਆਈਏ, ਕਲਚਰ ਲੈ ਕੇ ਆਈਏ। ਥੈਂਕ ਯੂ ਸੋ ਮਚ। ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।